ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਅਤੇ ਸਾਧ ਸੰਗਤ ਜੀ, ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਝੂਲਣੇ ਕੀ ਮਹਿਲ। ਇੱਥੇ ਸਾਰੀ ਜੋਤੀ ਦੂਰੋਂ ਦੂਰੋਂ ਆ ਕੇ ਇਸ ਮਹਿਲ ਦੇ ਉੱਤੇ ਕੰਧ ਉੱਤੇ ਬੈਠ ਕੇ ਝੂਟੇ ਲੈਂਦੇ ਅਤੇ ਨਾਮ ਜਪ ਕੇ ਜਪਦੇ ਹਨ। ਅਤੇ ਆਓ ਤੁਸੀਂ ਗੁਰਦੁਆਰਾ ਦਰਸ਼ਨ ਕਰਦੇ। ਇਹ ਗੁਰਦੁਆਰਾ ਮਹਾਰਾਜ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਇੱਥੇ ਸਾਖੀ ਸੁਣਾਏ ਗਏ ਕਥਾ ਕਰਦੇ ਸਨ। ਅਤੇ ਇੰਨੇ 'ਚ ਸੰਗਤ ਦੀ ਨਿਗਾਹ ਹਾਥੀ ਦੇ ਵੱਲ ਨਹੀਂ ਆ। ਇਹ ਸੰਗਤ ਕਹਿੰਦੇ ਮਹਾਰਾਜ ਆਪਣੇ ਇੱਥੇ ਨਗਰ ਦੇ ਵਿੱਚ ਹਾਥੀ ਲੈ ਕੇ ਆਇਆ। ਹਾਥੀ ਕਿਵੇਂ ਝੂਲਦੇ ਹਨ ਅਤੇ ਹਾਥੀ ਦੀ ਇੱਕ ਨਿੰਦਾ ਦੇ ਅਤੇ ਇਹ ਧਿਆਨ ਭਟਕਾਉਣ ਲੱਗੇ ਤਾਂ ਸੰਗਤ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਜਿਹਨੇ ਇਸੇ ਵਰ ਦਿੱਤਾ, ਇਹ ਭਾਈ ਤੁਹਾਡੇ ਮਹਿਲ ਵਿੱਚ ਲੈ ਕਰਨਗੇ। ਸੋ ਆਜ ਦਰਸ਼ਨ ਕਰ ਰਹੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਇਸ ਮਹਿਲ ਦੇ ਵਿੱਚ ਆ ਕੇ ਅਤੇ ਗੁਰੂ ਸਾਹਿਬ ਜੀ ਦੇ ਵਰ ਪ੍ਰਾਪਤ ਹੁੰਦੇ ਹਨ, ਖੁਸ਼ੀਆਂ ਮਿਲਦੇ ਹਨ ਅਤੇ ਕੰਧ ਦੇ ਉੱਪਰ ਬੈਠ ਕੇ ਅਤੇ ਝੂਟੇ ਲੈਂਦੇ ਹਨ, ਸਤਨਾਮ ਵਾਹਿਗੁਰੂ ਦੇ ਜਾਪ ਕਰਦੇ ਹਨ। ਸੋ ਤੁਸੀਂ ਖੁਦ ਹੀ ਦਰਸ਼ਨ ਕਰ ਰਹੇ ਹੋ, ਬੜੇ ਭਾਗਾਂ ਵਾਲੇ ਹੋ। ਆਓ, ਇਹ ਗੁਰਦੁਆਰਾ ਵੀ ਤਰਨ ਤਾਰਨ ਰੋਡ 'ਤੇ ਹਨ। ਸੋ ਆਓ, ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਝੂਲਣੇ ਕੇ ਮਹਿਲ ਦੇ ਅਤੇ ਸੰਗਤਾਂ ਕਿਵੇਂ ਝੂਟੇ ਲੈਂਦੇ ਹਨ ਸੰਗਤ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਖਾਲਸਾ।